ਹਜੇ ਟਾਈਮ ਤਾਂ ਲੱਗ ਗਿਆ ਨਾ ਇਹ ਸੜਕ ਕੱਚੀ ਨਹੀਂ ਪਿੰਡ ਵਾਲੀ ਨਾ ਜੀ ਪੱਕੀ ਦੀ ਫਿਰ ਕਿਹੜਾ ਤੋਂ ਉੱਡ ਕੇ ਆਇਆ ਦਾ ਬੰਗੂਗੜ ਸਾਡੀ ਜਿਹੜੀ ਫਿਲਮ ਹੈ ਜੀ 29th ਆਫ ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਪੰਜਾਬੀ ਫਿਲਮ ਅੰਗਰੇਜ਼ ਅਤੇ ਅਰਦਾਸ 'ਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਗਾਇਕ ਐਮੀ ਵਿਰਕ ਬਤੌਰ ਹੀਰੋ ਬੰਬੂਕਾਟ ਫਿਲਮ 'ਚ ਨਜ਼ਰ ਆਵੇਗਾ। ਐਮੀ ਦੇ ਬੰਬੂਕਾਟ 29 ਜੁਲਾਈ ਨੂੰ ਸਟਾਰਟ ਹੋਣ ਜਾ ਰਿਹਾ ਹੈ। ਇਸ ਬੰਬੂਕਾਟ ਨੂੰ ਸਟਾਰਟ ਕਰਨ 'ਚ ਉਸਦਾ ਸਾਥ ਦੇ ਰਿਹਾ ਕਮੇਡੀਅਨ ਬਿਨੂ ਢਿੱਲੋਂ। ਲੇਖਕ ਜਸ ਗਰੇਵਾਲ ਵੱਲੋਂ ਲਿਖੀ ਅਤੇ ਪੰਕਜ ਬਤਰਾ ਵੱਲੋਂ ਨਿਰਦੇਸ਼ਿਤ ਕੀਤੀ ਇਹ ਫਿਲਮ ਪੰਜਾਬੀ ਪਿਛੋਕੜ 'ਤੇ ਆਧਾਰਿਤ ਦੋ ਸਾਂਢੂਆਂ ਦੀ ਕਹਾਣੀ ਹੈ ਜਿਸ ਨੂੰ ਪੰਕਜ ਬਤਰਾ ਨੇ ਖੂਬਸੂਰਤੀ ਨਾਲ ਪਰਦੇ 'ਤੇ ਉਤਾਰਿਆ ਹੈ। ਇਸ ਫਿਲਮ 'ਚ ਬਿਨੂ ਢਿੱਲੋਂ ਅਤੇ ਐਮੀ ਵਿਰਕ ਦੋਵੇਂ ਸਾਂਢੂ ਬਣੇ ਨੇ। ਬਿਨੂ ਢਿੱਲੋਂ ਦਾ ਕਹਿਣਾ ਕਿ ਇਹ ਫਿਲਮ ਹੋਰਾਂ ਪੰਜਾਬੀ ਫਿਲਮਾਂ ਨਾਲੋਂ ਕਈ ਪੱਖਾਂ ਤੋਂ ਹਟ ਕੇ ਹੈ। ਉਸਨੇ ਸਮੁੱਚੇ ਪੰਜਾਬੀ ਦਰਸ਼ਕਾਂ ਨੂੰ ਇਹ ਫਿਲਮ ਦੇਖਣ ਦੀ ਅਪੀਲ ਕੀਤੀ ਹੈ। 29 ਜੁਲਾਈ ਨੂੰ ਸਾਡੀ ਮੂਵੀ ਰਿਲੀਜ਼ ਹੋਣ ਜਾ ਰਹੀ ਹੈ ਜੀ ਬੰਬੂਕਾਟ। ਬੜੀ ਮਿਹਨਤ ਕੀਤੀ ਹੈ, ਬੜੀ ਅੱਛੀ ਮੂਵੀ ਹੈ। ਜਿਸ ਤਰ੍ਹਾਂ ਤੁਸੀਂ ਸਾਰੇ ਸੌਂਗਸ ਨੂੰ, ਸਾਰੇ ਪ੍ਰੋਮੋਸ ਨੂੰ ਲਾਈਕ ਕਰ ਰਹੇ ਹੋ, ਸਾਰੇ ਟ੍ਰੇਲਰ ਨੂੰ ਲਾਈਕ ਕਰ ਰਹੇ ਹੋ, ਮੂਵੀ ਨੂੰ ਵੀ ਇਸ ਤਰ੍ਹਾਂ ਹੀ ਲਾਈਕ ਕਰੋਗੇ, ਇਹ ਮੇਰੀ ਗਰੰਟੀ ਹੈ ਜੀ। ਸੋ 29 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਪਹੁੰਚੋ ਜੀ, ਸਾਨੂੰ ਸਪੋਰਟ ਕਰਨ ਲਈ, ਪੰਜਾਬੀ ਸਿਨੇਮੇ ਨੂੰ ਸਪੋਰਟ ਕਰਨ ਲਈ, ਪੰਜਾਬੀ ਜ਼ੁਬਾਨ ਨੂੰ, ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਲਈ ਇਸ ਫਿਲਮ ਨੂੰ ਜ਼ਰੂਰ ਦੇਖੋ ਜੀ। 29th ਆਫ ਜੁਲਾਈ। ਐਮੀ ਵਿਰਕ ਵੀ ਦਾਅਵਾ ਕਰ ਰਿਹਾ ਕਿ ਇਹ ਫਿਲਮ ਹਰ ਵਰਗ ਦੇ ਸਰੋਤਿਆਂ ਨੂੰ ਪਸੰਦ ਆਵੇਗੀ। ਉਸਦਾ ਕਹਿਣਾ ਕਿ ਇਹ ਫਿਲਮ ਹਰ ਪਰਿਵਾਰ ਜ਼ਰੂਰ ਦੇਖੇ। ਫਿਲਮ ਸਾਡੀ ਹੋਣੀ ਹੈ ਜੀ 29 ਤਰੀਕਾਰ, ਅਤੇ ਅੱਜ ਅਸੀਂ ਪ੍ਰੈਸ ਕਾਨਫਰੰਸ ਲਏ ਹਾਂ ਚੰਡੀਗੜ੍ਹ, ਅਤੇ ਸਾਰੀ ਇਸ ਪ੍ਰੈਸ ਦਾ ਬਹੁਤ ਬਹੁਤ ਥੈਂਕ ਯੂ ਕਰਦੇ। ਅਤੇ ਇੱਕ ਫੈਮਿਲੀ ਮੂਵੀ ਸਾਡੂ ਦਾ ਆਪਸ ਰੌਲਾ ਰੱਪਾ ਮਾੜਾ ਮੋਟਾ, ਅਤੇ ਫਿਲਮ ਦੇ ਵਿੱਚ ਹੀ ਦੱਸਿਆ ਗਿਆ। ਅਤੇ ਬਾਕੀ ਤੁਸੀਂ 30 ਤਰੀਕ ਨੂੰ ਜਾ ਕੇ ਫਿਲਮ ਦੇਖੋ, ਫੈਮਿਲੀ ਦਾ ਚਾਹੇ ਇੱਕ ਮੈਂਬਰ ਜਾਇਓ, ਬਾਕੀ 30 ਤਰੀਕ ਨੂੰ ਜਾ ਕੇ ਦੱਸ ਦਿਓ ਕਿੱਦਾਂ ਦੀ ਲੱਗੀ ਫਿਲਮ। ਅਤੇ ਅਸੀਂ ਉਮੀਦ ਕਰਦਾ ਤੁਹਾਨੂੰ ਅੰਗਰੇਜ਼ ਅਤੇ ਅਰਦਾਸ ਮੂਵੀ ਫਿਲਮ ਬਹੁਤ ਜ਼ਿਆਦਾ ਸੀ। ਇਹ ਫਿਲਮ ਦਾ ਇੱਕ ਸਭ ਤੋਂ ਜਿਹੜਾ ਫਿਲਮ ਦਾ ਇੱਕ ਕਰੈਕਟਰ ਹੀ ਹੈ ਬੰਬੂਕਾ, ਉਹ ਫਿਲਮ ਦਾ ਇੱਕ ਪਾਰਟ ਹੈ, ਉਹਨੂੰ ਚਲਾਉਣਾ ਬਹੁਤ ਟਫ ਸੀਗਾ ਸਾਡੇ ਲਈ। ਅਤੇ ਉਹ ਸੱਟਾਂ ਵੀ ਲੱਗੀਆਂ ਦੋ ਚਾਰ ਫਿਲਮ ਦੇ ਵਿੱਚ, ਚਲਾਉਂਦੇ ਚਲਾਉਂਦੇ ਬਹੁਤ ਹੈਵੀ ਸੀਗਾ, ਉਹ ਮੁੜਨਾ ਮੁੜਨਾ ਵੀ ਬਹੁਤ ਔਖਾ ਸੀਗਾ, ਬਿਕੋਜ਼ ਉਹ ਇੱਕ ਦੇਸੀ ਗਾਰਡ ਲਾ ਕੇ ਅਸੈਂਬਲ ਕੀਤੀ ਹੋਈ ਚੀਜ਼ ਸੀ। ਸੋ ਉਹ ਇੱਕ ਪਾਰਟ ਸੀਗਾ ਜਿਹੜਾ ਸਾਨੂੰ ਕਾਰਨ ਕੀਤੇ। ਸਰ ਉਹ ਲਾਈਕ ਫਿਲਮ ਦੇ ਵਿੱਚ ਕੰਟੀਨਿਊ ਸੀਗਾ, ਉਹਦਾ ਲਾਈਕ ਚਲਾਉਣਾ ਪਿਆ ਘੱਟੋ ਘੱਟ ਤੁਹਾਨੂੰ ਦੇਖੂਗਾ 10-15 ਸੀਨਾਂ ਦੇ ਵਿੱਚ ਦੇਖਣਾ ਉਹ, ਅਤੇ ਉਹਨੂੰ ਚਲਾਉਣਾ ਪਿਆ ਲਾਈਕ 10-15 ਦਿਨ ਉਹਦਾ ਸ਼ੂਟ ਚੱਲੀ ਗਿਆ ਸੀਗਾ ਜੀ ਫਿਲਮ ਦੇ ਵਿੱਚ। ਕਦੇ ਉਹ ਲਾਈਕ ਉਹਦੇ ਬੁਕੀ ਜੂਕੀ ਵਾਲਾ ਇੰਜਨ ਲੱਗਿਆ ਹੋਇਆ ਸੀਗਾ ਉਹ ਬੰਬੂਗੜ ਦੇ ਵਿੱਚ, ਅਤੇ ਉਹਦੀ ਬੈਟਰੀ ਵੀ ਸਮਾਉਂਦੀ ਸੀ, ਅਤੇ ਉਹਨੂੰ ਧੱਕਾ ਲੱਗ ਕੇ ਸਟਾਰਟ ਕਰਨਾ ਪਿਆ। ਸਾਡੀ ਵੀ ਇਹੀ ਇੱਛਾ ਕਿ ਇਹ ਬੰਬੂਕਾਟ ਪੰਜਾਬੀ ਸਿਨੇਮੇ ਦੀ ਪਟੜੀ 'ਤੇ ਤੇਜ਼ ਰਫ਼ਤਾਰ ਦੌੜੇ, ਤਾਂ ਜੋ ਹੋਰ ਪੰਜਾਬੀ ਫਿਲਮ ਮੇਕਰ ਵੀ ਭੀੜ 'ਚੋਂ ਵੱਖ ਹੋ ਕੇ ਕੁਝ ਵੱਖਰੀਆਂ ਫਿਲਮਾਂ ਬਣਾਉਣ ਦਾ ਯਤਨ ਕਰ ਸਕਣ।